ਸ਼੍ਰੀਕਾਲ ਜੀ, ਮੈਂ ਜੈਸਪਿਨ ਸੰਦਰ ਅਤੇ ਤੁਸੀਂ ਦੇਖ ਰਹੇ ਹੋ ਰੈਸਟਵੇ ਐਕਸਪ੍ਰੈਸ ਚੈਨਲ। ਅਤੇ ਅੱਜ ਅਸੀਂ ਪਹੁੰਚੇ ਹਾਂ ਕਿਸਾਨ ਸੰਘਰਸ਼ ਦੇ ਵਿੱਚ ਕਿ ਦੇਖੋ ਕਿਸ ਤਰ੍ਹਾਂ ਕੜਾਕੇ ਦੀ ਠੰਡ ਦੇ ਵਿੱਚ ਧੁੰਦ ਪਈ ਹੋਈ ਹੈ ਅਤੇ ਰਾਤ ਦੇ ਮੌਕੇ 'ਤੇ ਕਿਸਾਨ ਕਿਸ ਤਰ੍ਹਾਂ ਸੰਘਰਸ਼ ਦੇ ਵਿੱਚ ਡਟੇ ਹੋਏ ਨੇ। ਅਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਪਰਵਿੰਦਰ ਸਿੰਘ, ਸਰਪੰਚ ਪਿੰਡ ਸੱਜਣਾ। ਅਤੇ ਸਰ, ਸਰਕਾਰ ਦੁਆਰਾ ਜਿਹੜੇ 3 ਖੇਤੀਬਾੜੀ ਕਾਨੂੰਨ ਲਾਗੂ ਕੀਤੇ ਗਏ ਹਨ, ਅਤੇ ਇਹਨਾਂ ਦੇ ਵਿੱਚ ਤੁਹਾਨੂੰ ਕੀ ਕਮੀਆਂ ਲੱਗ ਰਹੀਆਂ ਆ? ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਆ ਅਤੇ ਇਹਦਾ ਤੁਹਾਨੂੰ ਕੀ ਲੌਸ ਆ? ਮੈਮ, ਇਸ ਤਰ੍ਹਾਂ ਕਿ ਇਹ ਜਿਹੜੇ ਕਾਨੂੰਨ ਆ, ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਾਰੀਆਂ ਕਮੀਆਂ ਹੀ ਹਨ, ਕਿਉਂਕਿ ਕਿਸਾਨਾਂ ਲਈ ਬਣਾਏ ਗਏ ਨੇ। ਕਿਸਾਨਾਂ ਦੇ ਲਈ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ। ਜਿਸ ਤਰ੍ਹਾਂ ਕਿ ਮੰਡੀਆਂ ਖਤਮ ਹੋ ਜਾਣੀਆਂ ਹਨ, ਕੋਈ ਇਹਦੇ ਵਿੱਚ ਕਿਸਾਨਾਂ ਦਾ ਫਾਇਦਾ ਨਹੀਂ। ਜੋ ਕੁਛ ਹੈ ਕਿ ਮੋਦੀ ਸਰਕਾਰ ਜਿਹੜੇ ਪੂੰਜੀਪਤੀ ਆ, ਕਾਰਪੋਰੇਟ ਘਰਾਣੇ ਆ, ਉਹਨਾਂ ਦੇ ਕਿਸਾਨਾਂ ਨੂੰ ਉਹਨਾਂ ਦੇ ਅੰਡਰ ਕਰਨਾ ਚਾਹੁੰਦੀ, ਉਹਨਾਂ ਦੇ ਅਧੀਨ ਕਰਕੇ ਸਾਰੇ ਜੋ ਕਿਸਾਨੀ ਦਾ ਧੰਦਾ ਉਹ ਖਤਮ ਕਰਨਾ ਚਾਹੁੰਦੀ ਆ। ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਅਤੇ ਸਰ, ਜਿਸ ਤਰ੍ਹਾਂ ਕਿਸਾਨਾਂ ਦੇ ਖਿਲਾਫ਼ ਗਲਤ ਬਿਆਨਬਾਜ਼ੀ ਹੋ ਰਹੀ ਆ, ਉਹਨਾਂ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਆ, ਅੱਤਵਾਦੀ ਕਿਹਾ ਜਾ ਰਿਹਾ, ਮਾਓਵਾਦੀ ਕਿਹਾ ਜਾ ਰਿਹਾ, ਤੁਸੀਂ ਉਸ ਗਲਤ ਬਿਆਨਬਾਜ਼ੀ ਦੇ ਬਾਰੇ ਵਿੱਚ ਕੀ ਕਹੋਗੇ? ਅਸੀਂ ਇਸ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦੇ ਹਾਂ, ਕਿਉਂਕਿ ਸਿਰਫ ਕਿਸਾਨਾਂ ਦਾ ਨਹੀਂ, ਉੱਥੇ ਦੇਖੋ ਤੁਸੀਂ ਮਜ਼ਦੂਰ, ਜੇ ਕੋਈ ਛੋਟਾ ਬਿਜ਼ਨਸਮੈਨ, ਛੋਟਾ ਦੁਕਾਨਦਾਰ, ਹਰ ਕੋਈ ਉਹਦੇ ਵਿੱਚ ਸਹਿਯੋਗ ਕਰ ਰਿਹਾ। ਔਰ ਕੋਈ ਇਹਦੇ ਨਾਲ ਦੇਖਿਆ ਜਾਵੇ ਕੋਈ ਖਾਲਿਸਤਾਨ ਦਾ ਕੋਈ ਹੈ ਨੀਗਾ ਸੰਬੰਧ, ਕਿਉਂਕਿ ਸਾਰੇ ਕਿਸਾਨ ਹੈਗੇ ਆ ਉੱਥੇ ਔਰ ਪੂਰੀ ਤਰ੍ਹਾਂ ਸ਼ਾਂਤਮਈ ਸੰਘਰਸ਼ ਕਰ ਰਹੇ ਆ। ਹੁਣ ਦੇਖੋ ਅਸੀਂ ਕਿੰਨੀ ਰਾਤ ਧੁੰਦ ਪਈ ਆ, ਅਸੀਂ ਹੁਣ ਟਰੈਕਟਰ ਲੱਦ ਰਹੇ ਹਾਂ ਕਿਉਂਕਿ 26 ਤਰੀਕ ਦੀ ਪਰੇਡ ਆ, ਉਹਦੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਹੈ। ਉਹਨੇ ਤਾਂ ਸਾਨੂੰ ਕੀ ਜ਼ਰੂਰਤ ਆ, ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਆ, ਅਸੀਂ ਲੋਕ ਫਿਰ ਵੀ ਇਸ ਵੇਲੇ ਟਰੈਕਟਰ ਲੱਦ ਕੇ ਉੱਥੇ ਸਵੇਰੇ ਚੱਲਣਾ। ਇਸ ਕਰਕੇ ਇਹਦਾ ਕੋਈ ਬਿਲਕੁਲ ਸ਼ਾਂਤਮਈ ਸੰਘਰਸ਼ ਆ। ਜਿਸ ਤਰ੍ਹਾਂ ਦਿੱਲੀ ਦੀ ਪੁਲਿਸ ਨੇ ਕਹਿ ਦਿੱਤਾ ਕਿ ਕਿਸਾਨ ਪਰੇਡ ਜਿਹੜੀ ਆ ਇਹ ਦਿੱਲੀ ਤੋਂ ਬਾਹਰ ਹੀ ਹੋਏਗੀ, ਕਿਸਾਨਾਂ ਨੂੰ ਦਿੱਲੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਊਗਾ, ਅਤੇ ਕਿਸਾਨ ਆਪਣੀ ਗੱਲ 'ਤੇ ਅੜੇ ਹੋਏ ਆ ਕਿ ਆਪਾਂ ਦਿੱਲੀ ਦੇ ਅੰਦਰ ਹੀ ਜਾ ਕੇ ਟਰੈਕਟਰ ਪਰੇਡ ਕਰਨੀ ਆ, ਤੁਸੀਂ ਇਹਦੇ ਬਾਰੇ ਵਿੱਚ ਕੀ ਕਹੋਗੇ? ਦੇਖੋ, ਇਹ ਪਰੇਡ ਤਾਂ ਦਿੱਲੀ ਦੇ ਅੰਦਰ ਹੀ ਹੋਏਗੀ, ਪਰ ਇਹਦੇ ਨਾਲ ਇਹ ਵੀ ਹੈ ਕਿ ਸ਼ਾਂਤਮਈ ਹੋਏਗੀ। ਕੋਈ ਸਾਡੇ ਵੱਲੋਂ, ਕਿਸਾਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਸਟੈਪ ਨਹੀਂ ਚੁੱਕਿਆ ਜਾਵੇਗਾ, ਪਰ ਅਸੀਂ ਪੁਲਿਸ ਨੂੰ ਵੀ ਇਹ ਰਿਕੁਐਸਟ ਵੀ ਕਰਦੇ ਹਾਂ, ਕਿਉਂਕਿ ਸਾਡਾ ਇਹ ਹੱਕ ਹੈ ਗਣਤੰਤਰ ਦਿਵਸ ਦੇ ਉੱਤੇ। ਅਸੀਂ ਵੀ ਇੱਕ ਕੋਈ ਉੱਥੇ ਲੜਾਈ ਲੜਨ ਨਹੀਂ ਜਾਣਾ, ਅਸੀਂ ਝਾਕੀਆਂ ਪੇਸ਼ ਕਰਨੀਆਂ, ਆਪਣੇ ਦੁੱਖ ਤਕਲੀਫਾਂ ਲੋਕਾਂ ਦੇ ਮੂਹਰੇ, ਮੀਡੀਆ ਮੂਹਰੇ ਰੱਖਣੇ ਆ, ਔਰ ਸਾਨੂੰ ਇਸ ਲੋਕਤੰਤਰ ਦੇ ਵਿੱਚ ਪੂਰਾ ਹੱਕ ਹੈ, ਔਰ ਅਸੀਂ ਇਹਦੀ ਡਿਮਾਂਡ ਵੀ ਕਰਦੇ ਹਾਂ। ਸਰ, ਹੁਣ ਤੱਕ ਦੀਆਂ ਸਾਰੀਆਂ ਮੀਟਿੰਗ ਜਿਹੜੀਆਂ ਆ ਉਹ ਬੇਸਿੱਟਾਂ ਨਿਕਲੀਆਂ, ਅਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਹੀ ਮੀਟਿੰਗ ਚੱਲਦੀਆਂ ਰਹਿਣਗੀਆਂ, ਜਾਂ ਕੋਈ ਨਾ ਕੋਈ ਇਹਨਾਂ ਦਾ ਫੈਸਲਾ ਵੀ ਹੋਏਗਾ ਕਿਸਾਨਾਂ ਦੇ ਹੱਕਾਂ ਦੇ ਵਿੱਚ, ਕੁਛ ਨਾ ਕੁਛ ਸਰਕਾਰ ਢਿੱਲ ਦੇਵੇਗੀ ਇਹਨਾਂ ਕਾਨੂੰਨਾਂ ਦੇ ਵਿੱਚ? ਦੇਖੋ, ਜਿਹੜਾ ਕਿ ਜੋ ਪਲਾਨਿੰਗ ਹੈ ਉਹ ਤਾਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਆਗੂਆਂ ਦੀ ਹੈ ਕਿ ਉਹਨੇ ਕੀ ਕਰਨਾ ਹੈ। ਅਸੀਂ ਤਾਂ ਸਿਰਫ ਜਿੱਦਾਂ ਕਹਿ ਲਓ ਕਿ ਉਹਨਾਂ ਦੇ ਨਾਲ ਤੁਰੇ ਹੋਏ ਹਾਂ, ਬਾਕੀ ਜੋ ਲੱਗਦਾ ਨਹੀਂ ਹੈ ਸਰਕਾਰ ਕੁਛ ਕਰੇਗੀ, ਕਿਉਂਕਿ ਜਿਸ ਤਰ੍ਹਾਂ ਇਹ ਨਹੀਂ ਕਿਹਾ ਕਿ 1.5 ਜਾਂ 2 ਸਾਲ ਲਈ ਉਹ ਕਾਨੂੰਨ ਅਸੀਂ ਰੋਕ ਦਿੰਦੇ ਹਾਂ, ਪਰ ਉਸ ਤੋਂ ਬਾਅਦ ਫਿਰ ਵੀ ਇਹੀ ਹੋਣਾ, ਔਰ ਸਾਡੀ ਸਾਰਿਆਂ ਦੀ ਡਿਮਾਂਡ ਹੈ ਕਿ ਬਿਲਕੁਲ ਇਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ। ਸਰ, ਜਿਸ ਤਰ੍ਹਾਂ ਕਿਸਾਨਾਂ ਨੂੰ ਨੋਟਿਸ ਆ ਰਹੇ ਆ, ਜਿਹੜੇ ਲੋਕ ਲੰਗਰ ਦੀ ਸੇਵਾ ਕਰਦੇ ਆ ਜਾਂ ਕਿਸੇ ਵੀ ਤਰੀਕੇ ਨਾਲ ਕਿਸਾਨੀ ਸੰਘਰਸ਼ ਦੀ ਹੈਲਪ ਕਰਦੇ ਆ, ਅਤੇ ਉਹਨਾਂ ਨੂੰ ਨੋਟਿਸ ਆ ਰਹੇ ਆ, ਉਹਦੇ ਵਿੱਚ ਦੇਖੋ ਕਿ ਜਿਹੜਾ ਕੋਈ ਨੋਟਿਸ ਜਿੱਦਾਂ ਕਿ ਬਾਹਰੋਂ ਪੈਸੇ ਆਉਂਦੇ ਆ, ਸਾਡੇ ਸਾਰਿਆਂ ਉਸਦੇ ਰਿਸ਼ਤੇਦਾਰ ਘਰ ਦੇ ਬਾਹਰ ਆ, ਉਹ ਹੈਲਪ ਕਰਦੇ ਆ ਔਰ ਕਰਨੀ ਵੀ ਬਣਦੀ ਆ, ਔਰ ਇਹ ਬਿਲਕੁਲ ਇਹ ਸਰਕਾਰ ਦਾ ਗਲਤ ਕਦਮ ਹੈ ਜਿਹੜੇ ਕਿਸੇ ਲੋਕਾਂ ਨੂੰ ਸਿਰਫ ਇਸ ਕਰਕੇ ਕਰਦੇ ਆ ਕਿ ਲੋਕ ਡਰ ਕੇ ਇਸ ਸੰਘਰਸ਼ ਦਾ ਸਾਥ ਦੇਣ ਤੋਂ ਪਿੱਛੇ ਹਟ ਜਾਣ, ਪਰ ਅਸੀਂ ਇਸ ਦਾ ਬਿਲਕੁਲ ਵਿਰੋਧ ਕਰਦੇ ਹਾਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਹ ਨੋਟਿਸ ਨਹੀਂ ਆਉਣੇ ਚਾਹੀਦੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬਜ਼ੁਰਗ ਅਤੇ ਲੇਡੀਜ਼ ਤਾਂ ਬੱਚੇ ਜਿਹੜੇ ਆ ਉਹ ਕਿਸਾਨੀ ਸੰਘਰਸ਼ ਦੇ ਵਿੱਚ ਨਾ ਬੈਠਣ, ਉਹ ਵਾਪਸ ਆਪਣੇ ਘਰਾਂ ਨੂੰ ਜਾਣ। ਦੇਖੋ, ਇਹਦੇ ਵਿੱਚ ਇਹ ਹੈ ਕਿ ਅਸੀਂ ਚਾਹੇ ਸਾਡਾ ਯੂਥ ਉੱਥੇ ਹੈ, ਪਰ ਜਿਹੜਾ ਸਾਨੂੰ ਬਜ਼ੁਰਗਾਂ ਦਾ ਜੋ ਤਜਰਬਾ ਹੈ ਉਹਦੇ ਕੋਲੋਂ ਵੀ ਸੇਧ ਮਿਲਦੀ ਆ, ਔਰ ਸਾਡੇ ਬਜ਼ੁਰਗ ਜਿਹੜੇ ਆ ਉਹ ਇਸ ਤਰ੍ਹਾਂ ਦੇ, ਉਹਨਾਂ ਦਾ ਇੱਕ ਜਜ਼ਬਾ ਹੈ ਕਿ ਉਹ ਬਿਲਕੁਲ ਵਾਪਸ ਨਹੀਂ ਜਾਣਗੇ। ਜੇ ਦੇਖਿਆ ਜਾਵੇ ਤਾਂ 80-80 ਸਾਲ ਦੇ ਬਜ਼ੁਰਗ ਉੱਥੇ ਬੈਠੇ ਆ, ਔਰ ਉਹ ਇਹ ਕਹਿ ਰਹੇ ਕਿ ਅਸੀਂ ਜਿੱਤ ਕੇ ਹੀ ਜਾਵਾਂਗੇ। ਇਸ ਕਰਕੇ ਬਿਲਕੁਲ ਗਲਤ ਹੈ, ਕਿਉਂਕਿ ਸਾਡਾ ਸਾਰਿਆਂ ਦਾ ਸਾਂਝਾ ਸੰਘਰਸ਼ ਆ, ਚਾਹੇ ਬੱਚੇ ਆ, ਬੀਬੀਆਂ ਆ, ਸਾਰੇ ਉੱਥੇ ਬੈਠੇ ਔਰ ਬੈਠੇ ਰਹਿਣਗੇ, ਅਖੀਰ ਤੱਕ ਬੈਠਣਗੇ ਜੀ। ਸਰ, ਤੁਹਾਨੂੰ ਕੀ ਲੱਗਦਾ ਕਿ ਤੁਸੀਂ, ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੀ ਕੰਟਰੀ ਦੇ ਵਿੱਚ ਇੱਕ ਲੋਕਤੰਤਰ ਹੈ, ਅਤੇ ਤੁਹਾਨੂੰ ਕੀ ਲੱਗਦਾ ਕਿ ਇਹ ਲੋਕਤੰਤਰ ਸੱਚੀ ਦੇ ਵਿੱਚ ਹੀ ਲੋਕਤੰਤਰ ਹੈ, ਜਾਂ ਜਿਵੇਂ ਹੁਣ ਆਪਣੀ ਹੀ ਕੰਟਰੀ ਦੇ ਵਿੱਚ ਜਿਵੇਂ ਕਿਸਾਨ ਕਹਿ ਰਹੇ ਆ ਕਿ ਅਸੀਂ ਉਹ ਦਿੱਲੀ ਵੀ
ਸਾਡੀ ਕੰਟਰੀ ਦਾ ਹੀ ਹਿੱਸਾ ਆ, ਉੱਥੇ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ। ਇਹਦੇ ਬਾਰੇ ਮੇਰੇ ਕਹਿਣ ਦੀ ਤਾਂ ਜ਼ਰੂਰਤ ਨਹੀਂ, ਕਿਉਂਕਿ ਤੁਸੀਂ ਦੇਖ ਚੁੱਕੇ ਹੋ ਕਿ ਅਗਰ ਲੋਕਤੰਤਰ ਸਰਕਾਰ ਮੰਨਦੀ ਤਾਂ 25-26 ਨਵੰਬਰ ਨੂੰ ਇਸ ਤਰ੍ਹਾਂ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲੇ ਛੱਡੇ, ਲਾਠੀਚਾਰਜ, ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਸਾਡੇ ਦੇਸ਼ ਵਿੱਚ ਲੋਕਤੰਤਰ ਹੈ ਪਰ ਇਸ ਸਰਕਾਰ ਨੇ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਕੀਤਾ ਹੋਇਆ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਤਜਿੰਦਰ ਸਿੰਘ ਜੀ ਦੇ ਨਾਲ, ਅਤੇ ਉਹਨਾਂ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਮੀਡੀਆ ਦੇ ਨਾਲ ਉਹਨਾਂ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈ, ਅਤੇ ਉਹ 26 ਜਨਵਰੀ ਪਰੇਡ ਦੇ ਵਿੱਚ ਉਹਨਾਂ ਦੇ ਇਲਾਕੇ ਦੇ ਵਿੱਚੋਂ ਕਿੰਨੇ ਕੁ ਟਰੈਕਟਰ ਜਾ ਰਹੇ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਤਜਿੰਦਰ ਸਿੰਘ ਹੈ ਜੀ, ਅਤੇ ਮੈਂ ਕੋਈ ਬਹੁਤ ਬੜਾ ਬੁਲਾਰਾ ਨਹੀਂ ਪਰ ਆ ਮਜਬੂਰੀ ਨੇ ਮੈਨੂੰ ਮਾਈਕ ਦੇ ਅੱਗੇ ਖੜਾ ਕਰਤਾ। ਪਹਿਲਾਂ ਤਾਂ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਵੀ ਮੇਰਿਆਂ ਭਰਾਵਾਂ ਨੇ ਮੈਨੂੰ ਚੱਕ ਕੇ ਮੂਹਰੇ ਕਰਤਾ ਵੀ ਤੂੰ ਵੀ ਫਾਹੇ ਆ ਜਾ, ਅਤੇ ਦੂਜੀ ਗੱਲ ਇਹ ਆ ਵੀ ਮੈਂ ਤੁਹਾਤੇ ਤਾਂ ਖੁਸ਼ ਹਾਂ ਵੀ ਤੁਸੀਂ ਅੱਧੀ ਰਾਤ ਨੂੰ ਸਾਨੂੰ ਸੁਣਨ ਆ ਗਏ ਹਾਂ ਵੀ ਅਸੀਂ ਕਿੰਨੀ ਕੁ ਤਕਲੀਫ ਦੇ ਵਿੱਚ ਹਾਂ। ਬਾਕੀ ਜਿਹੜੇ ਏਡੇ ਏਡੇ ਵੱਡੇ ਚੈਨਲ ਆ ਜਿਹੜੇ ਲੱਖਾਂ ਕਰੋੜਾਂ ਰੁਪਈਆਂ ਦਾ ਕੀਮਤੀ ਸਮਾਨ ਲੋਕਾਂ ਦਾ ਵੇਚਦੇ ਆ, ਉਹਨਾਂ ਨੇ ਸਾਨੂੰ ਇਹ ਤਾਂ ਯਾਦ ਕਰਾ ਦਿੱਤਾ ਆ ਵੀ ਸੈਫ ਅਲੀ ਖਾਨ ਦੇ ਮੁੰਡੇ ਦਾ ਨਾਂ ਤਮੂਰ ਖਾਨ ਆ, ਅਤੇ ਅਜੇ ਤਾਂ ਹੀ ਸਾਡੇ ਕੋਲੋਂ ਇਹ ਪੁੱਛੀ ਜਾਂਦੇ ਆ ਵੀ ਉਹ 3-4 ਕਾਨੂੰਨ ਤਾਂ ਦੱਸੋ ਯਾਰ ਕਿਹੜੇ ਆ ਜਿਹੜੇ ਸਰਕਾਰ ਨੇ ਤੁਹਾਡੇ 'ਤੇ ਲਾਗੂ ਕੀਤੇ ਆ, ਕੀ ਇਹ ਜਿਹੜਾ ਕਹਿੰਦੇ ਆ ਹੁਣੇ ਪਲ ਦੀ ਖਬਰ ਲਾਓ, ਆਜ ਤੱਕ ਲਾਓ, ਜਰੀਕ ਤਾਂ ਹੀ ਲਾਓ, ਉਹਨਾਂ ਨੂੰ ਕੁਛ ਨਹੀਂ ਪਤਾ ਇਹਨਾਂ ਗੱਲਾਂ ਬਾਰੇ, ਉਹਨਾਂ ਨੇ ਕਦੋਂ ਨੂੰ ਸਮਝਣਾ ਆ? ਸੋ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਪਹੁੰਚੇ ਹਾਂ, ਬਾਕੀਆਂ ਨੂੰ ਵੀ ਅਗਾਹ ਕਰੋ ਵੀ ਆ ਕੇ ਲੋਕਾਂ ਦਾ ਦੁੱਖ ਸੁਣੋ, ਅਸੀਂ ਤਕਲੀਫ ਦੇ ਵਿੱਚ ਹਾਂ, ਅਸੀਂ ਤੁਹਾਡੇ ਮੁਲਕ ਦੇ ਬੰਦੇ ਹਾਂ। ਮੈਂ ਵੀ ਫਰੀਡਮ ਫਾਈਟਰ ਫੈਮਿਲੀ ਨੂੰ ਬਿਲੋਂਗ ਕਰਦਾ, ਮੇਰੇ ਘਰ 2 ਤਾਮਿਲ ਪੱਤਰ ਪਏ ਆ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ, ਅਸੀਂ 4 ਭੈਣ ਭਾਈ ਹਾਂ, ਇੱਕ ਵੀ ਸਰਕਾਰੀ ਨੌਕਰੀ ਨਹੀਂ ਸਾਡੇ ਘਰ, ਅਸੀਂ ਪੜ੍ਹੇ ਲਿਖੇ ਹਾਂ, ਬਕਾਇਦਾ ਪੜ੍ਹੇ ਲਿਖੇ ਹਾਂ, ਸਭ ਕੰਮ ਜਾਣਦੇ ਹਾਂ ਔਰ ਬੇਐਬ ਹਾਂ। ਸਾਨੂੰ ਕੋਈ ਅੱਜ ਵੀ ਕਿਸੇ ਸਰਕਾਰੀ ਨੌਕਰੀ 'ਤੇ ਲਾ ਦੇਵੇ ਤਾਂ ਅਸੀਂ ਨਸ਼ਾ ਪੀ ਕੇ ਕਿਸੇ ਦੇ ਨਾਲ ਕੋਈ ਗਲਤ ਗੱਲ ਨਹੀਂ ਕਰਾਂਗੇ। ਸੋ ਧੰਨਵਾਦ ਆ ਜੀ ਤੁਹਾਡਾ ਤੁਸੀਂ ਆਏ। ਤੁਸੀਂ ਦੇਖ ਰਹੇ ਹੋ ਕਿ ਕਿਸਾਨ ਕਿਸ ਤਰ੍ਹਾਂ ਇੰਨੀ ਕੜਾਕੇ ਦੀ ਠੰਡ ਦੇ ਵਿੱਚ, ਇੰਨੀ ਧੁੰਦ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਉਹ ਆਪਣਾ ਯੋਗਦਾਨ ਪਾ ਰਹੇ ਆ, ਅਤੇ ਦਿੱਲੀ ਪਰੇਡ 'ਤੇ ਜਾਣ ਦੇ ਲਈ ਉਹ ਤਿਆਰੀਆਂ ਕਰ ਰਹੇ ਆ, ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੇ। ਅਤੇ ਤੁਸੀਂ ਦੇਖਦੇ ਰਹੋ ਰੈਸਟਵੇ ਐਕਸਪ੍ਰੈਸ ਚੈਨਲ, ਅਤੇ ਮੈਨੂੰ ਦਿਓ ਇਜਾਜ਼ਤ, ਧੰਨਵਾਦ।